ਕਹਿੰਦੇ ਨੇ ਜੇਕਰ ਜ਼ਿੰਦਗੀ ਵਿੱਚ ਕੁਝ ਬਣਨ ਦੀ ਇੱਛਾ ਹੋਵੇ ਤਾਂ ਇਨਸਾਨ ਕਈ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਨੂੰ ਪਾ ਹੀ ਲੈਂਦਾ ਏ। ਅਜਿਹੇ ਕੁਝ ਕਰਕੇ ਦਿਖਾਇਆ ਜਲੰਧਰ ਦੀਆਂ 7 ਧੀਆਂ ਨੇ। ਇਹਨਾਂ ਨੇ ਬਤੌਰ ਪਟਵਾਰੀ ਬਣ ਕੇ ਮਾਂ ਬਾਪ ਸਮੇਤ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਏ। ਦਰਅਸਲ ਪੰਜਾਬ ਵਿੱਚ ਬੀਤੇ ਦਿਨੀ ਪਟਵਾਰੀਆਂ ਦੀ ਸਿੱਧੀ ਭਰਤੀ ਹੋਈ ਹੈ ਅਤੇ ਇਹਨਾਂ ਭਰਤੀਆਂ ਵਿੱਚ ਪੰਜਾਬ ਦੀਆਂ ਧੀਆਂ ਨੇ ਬਤੌਰ ਪਟਵਾਰੀ ਸਿੱਧਾ ਭਰਤੀ ਹੋ ਕੇ ਕੰਮਕਾਜ ਸੰਭਾਲ ਲਿਆ ਏ। ਦੱਸਣਯੋਗ ਹੈ ਕਿ ਜਲੰਧਰ ਵਿੱਚ ਚੁਣੇ ਗਏ 34 ਪਟਵਾਰੀਆਂ ਵਿੱਚੋਂ 7 ਪਟਵਾਰੀ ਔਰਤਾਂ ਨੇ। ਇਸ ਦੀ ਚੋਣ 2016 ਦੇ ਬੈਚ ਵਿੱਚ ਹੋਈ ਸੀ। ਸਾਲ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਇਹਨਾਂ ਨੇ ਆਪਣੇ ਅਹੁਦੇ ਦਾ ਕਾਰਜਕਾਲ ਸੰਭਾਲ ਲਿਆ ਏ। ਇਹਨਾਂ 7 ਔਰਤਾਂ ਵਿੱਚੋਂ 4 ਨੇ ਜਲੰਧਰ ਦੇ ਪਟਵਾਰਖਾਨੇ ਵਿੱਚ ਬਤੌਰ ਅਤੇ ਬਾਕੀ 3 ਨੇ ਫਲੌਰ ਤਹਿਸੀਲ ਦੇ ਖੇਤਰ ਵਿੱਚ ਕਾਰਜਕਾਲ ਸੰਭਾਲ ਲਿਆ ਏ। ਇੰਡੀਵਿਜੁਅਲੀ ਇੱਕ ਪੋਸਟ ਨੂੰ ਸੰਭਾਲ ਰਹੇ ਹਾਂ, ਇੱਕ ਸਰਕਲ ਨੂੰ ਸੰਭਾਲ ਰਹੇ ਹਾਂ, ਬਹੁਤ ਅੱਛਾ ਲੱਗ ਰਿਹਾ। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਕੰਮ ਕੋਈ ਵੀ ਸੌਖਾ ਨਹੀਂ ਹੁੰਦਾ ਅਤੇ ਕੋਈ ਔਖਾ ਵੀ ਨਹੀਂ ਹੁੰਦਾ। ਗੱਲ ਹੁੰਦੀ ਹੈ ਆਪਣੇ ਡਿਟਰਮੀਨੇਸ਼ਨ ਦੀ ਕਿ ਤੁਸੀਂ ਕਿੱਥੋਂ ਤੱਕ ਜਾਣਾ ਚਾਹੁੰਦੇ ਹੋ, ਕਿੱਥੋਂ ਤੱਕ ਸੋਚ ਸਕਦੇ ਹੋ।